ਇਹ ਸੜਕਾਂ ਦਾ ਜੀ ਇਦਾਂ ਹਾਲ ਹੈ ਜਿਵੇਂ ਜੀ ਸਵਰਗ ਦੇ ਵਿੱਚ ਆ ਗਏ। ਜਿਵੇਂ ਕਿ ਇੰਨੀਆਂ ਵਧੀਆ ਸੜਕਾਂ ਇੱਥੇ, ਤੁਸੀਂ ਆਪ ਹੀ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ। ਸਾਨੂੰ ਰੋਜ਼ ਹੀ ਇੱਥੇ ਅਸੀਂ ਰੋਜ਼ ਹੀ ਆਉਂਦੇ ਇਸ ਸੜਕਾਂ 'ਤੇ, ਕਦੀ ਇਹ ਨਹੀਂ ਪਤਾ ਕਿੱਥੇ ਖੱਡਾ ਨਹੀਂ ਹੈ। ਇੱਥੇ ਵੀ ਉਹੀ ਹਾਲਾਤ ਹੈ। ਇੱਕ ਉਹ ਸਬਜ਼ੀ ਮੰਡੀ ਦੇ ਕੋਲ ਜਿਹੜੀ ਚੜਾਈ ਬਣਾਈ ਆ, ਉੱਥੇ ਮੈਂ ਜਦੋਂ ਵੀ ਨਿਕਲਦਾ ਕਦੀ ਟੈਂਪੂ ਪਲਟਿਆ ਹੁੰਦਾ, ਕਦੀ ਰਿਕਸ਼ੇ ਵਾਲਾ ਪਲਟਿਆ ਹੁੰਦਾ, ਕਦੀ ਕੋਈ ਪਲਟਿਆ ਹੁੰਦਾ ਵਾ। ਕਹਿਣ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਹੈ, ਪਰ ਇਸ ਦੇ ਜ਼ਿਆਦਾਤਰ ਇਲਾਕਿਆਂ ਦੀ ਹਾਲਤ ਇੰਨੀ ਮਾੜੀ ਹੈ ਕਿ ਇਹ ਸ਼ਹਿਰ ਕਿਤੇ ਵੀ ਸਮਾਰਟ ਲੱਗਦਾ ਨਹੀਂ ਹੈ। ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਹ ਬਹਾਦਰ ਕੇ ਰੋਡ ਦੀਆਂ ਨੇ। ਇਹ ਸੜਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਸੜਕ ਦੇ ਵਿਚਕਾਰ ਪਏ ਵੱਡੇ ਟੋਏ ਕਾਰਨ ਬਰਸਾਤ ਦਾ ਗੰਦਾ ਪਾਣੀ ਗੋਡਿਆਂ ਤੱਕ ਭਰਿਆ ਹੈ, ਜਿਸ ਕਰਕੇ ਲੋਕ ਆਪਣੇ ਵਾਹਨ ਲੈ ਕੇ ਲੰਘਦੇ ਨੇ। ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਵੀ ਹੈ ਤੇ ਨਾਲ-ਨਾਲ ਵਾਹਨ ਦਾ ਨੁਕਸਾਨ ਵੀ ਹੁੰਦਾ ਹੈ। ਇਸ ਸੜਕ ਦੇ ਆਲੇ-ਦੁਆਲੇ ਕਈ ਫੈਕਟਰੀਆਂ ਨੇ, ਜਿਨ੍ਹਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕ ਇਸ ਸੜਕ ਤੋਂ ਆਉਂਦੇ ਨੇ, ਪਰ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ ਦਾ ਆਣਾ ਜਾਣਾ ਹੈਗਾ, ਬਹੁਤ ਜ਼ਿਆਦਾ ਦਿੱਕਤ ਹੈਗੀ ਹੈ ਇੱਥੋਂ ਲੰਘਣ ਦੀ। ਇੱਕ ਡਿਊਟੀ 'ਤੇ ਜਾਣਾ ਹੁੰਦਾ, ਸਵੇਰ ਦੇ ਟਾਈਮ ਮੀਂਹ ਆ ਜਾਂਦਾ, ਇੱਥੋਂ ਲੰਘਣ ਦੀ ਬਹੁਤ ਜ਼ਿਆਦਾ ਦਿੱਕਤ ਆ। ਸਮਾਰਟ ਸਿਟੀ ਲੁਧਿਆਣਾ ਵਿੱਚ ਰਹਿ ਰਹੇ ਹੋ, ਲੱਗਦਾ ਹੀ ਨਹੀਂ ਇਹ ਸਮਾਰਟ ਸਿਟੀ ਦਾ ਕੋਈ ਹਿੱਸਾ ਹੈਗਾ ਵਾ, ਬਿਲਕੁਲ ਵੀ ਨਹੀਂ ਲੱਗ ਰਿਹਾ ਸਮਾਰਟ ਸਿਟੀ ਹੈਗੀ ਆ। ਬਹਾਦਰ ਕੇ ਰੋਡ ਦਾ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ। ਇੱਦਾਂ ਦੀ ਕੰਡੀਸ਼ਨ ਲੁਧਿਆਣੇ 'ਚ ਬਹੁਤ ਘੱਟ ਰੋਡ ਆ ਜਿੱਥੋਂ ਦੀ ਹੈਗੀ ਆ। ਇਹਦੀ ਕਮੀ ਕਿਸ ਦੀ ਮੰਨਦੇ ਹੋ? ਕਮੀ ਇਹੀ ਨਿਗਮ ਦੀ ਕਹੂੰਗਾ ਮੈਂ, ਕਮੀ ਹੈਗੀ ਹੈ। ਕੌਂਸਲਰ ਇਲਾਕੇ ਦੇ ਕੌਂਸਲਰ ਦੀ ਵੀ ਕਮੀ, ਸਾਰਿਆਂ ਦੀ ਕਮੀ ਹੈ। ਦੇਖਣਾ ਚਾਹੀਦਾ ਹੈਗਾ, ਦੇਖੋ ਕਿੰਨੀ ਪਰੇਸ਼ਾਨੀ ਕਿੰਨੀ ਜ਼ਿਆਦਾ। ਐਕਸੀਡੈਂਟ ਵੀ ਹੁੰਦੇ ਆ ਲੋਕ ਦੇਖਦੇ? ਹਾਂਜੀ ਹੁੰਦੇ ਆ। ਸਾਡੇ ਪਰਸੋਂ ਚੌਥ ਡਿਊਟੀ ਤੋਂ ਆ ਰਿਹਾ ਸੀ ਬੰਦਾ, ਉਹਦਾ ਐਕਸੀਡੈਂਟ ਹੋਇਆ, ਸਾਈਕਲ 'ਤੇ ਸੀਗਾ, ਉਹ ਬਹੁਤ ਬੁਰੀ ਤਰ੍ਹਾਂ ਗਿਰਿਆ ਹੈਗਾ। ਘਰੇ ਹੀ ਬੈਠਾ, ਡਿਊਟੀ 'ਤੇ ਨਹੀਂ ਜਾ ਰਿਹਾ। ਠੀਕ ਠਾਕ ਪ੍ਰਬੰਧ ਹੋਣੀ ਚਾਹੀਦੀ। ਹਾਂਜੀ ਮੇਰਾ ਨਾਮ ਅਤੁਲ ਹੈ ਜੀ। ਕੀ ਕਹਿਣਾ ਚਾਹੋਗੇ ਜਿਹੜੇ ਸੜਕਾਂ ਦੇ ਹਾਲ ਦੇਖ ਰਹੇ? ਇਹ ਸੜਕਾਂ ਦਾ ਜੀ ਇੱਦਾਂ ਹਾਲ ਹੈ ਜਿਵੇਂ ਜੀ ਸਵਰਗ ਦੇ ਵਿੱਚ ਆ ਗਏ। ਜਿਵੇਂ ਕਿ ਇੰਨੀਆਂ ਵਧੀਆ ਸੜਕਾਂ ਇੱਥੇ, ਤੁਸੀਂ ਆਪ ਹੀ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ। ਸਾਨੂੰ ਰੋਜ਼ ਹੀ ਇੱਥੇ ਅਸੀਂ ਰੋਜ਼ ਹੀ ਆਉਂਦੇ ਇਸ ਸੜਕਾਂ 'ਤੇ, ਕਦੀ ਇਹ ਨਹੀਂ ਪਤਾ ਕਿੱਥੇ ਖੱਡਾ ਨਹੀਂ ਹੈ। ਹੁਣ ਪਾਣੀ ਦੇ ਵਿੱਚ ਭਰਿਆ, ਹੁਣ ਇਹਦੇ ਵਿੱਚੋਂ ਨਿਕਲਣਾ, ਹੁਣ ਇਹ ਨਹੀਂ ਪਤਾ ਕਿੱਦਾਂ ਨਿਕਲ ਹੋਣਾ। ਇਹਦੇ ਵਿੱਚੋਂ ਨਿਕਲਣਾ ਵੀ ਪੈਣਾ, ਕੰਮ ਵੀ ਕਰਨਾ। ਬਰਸਾਤ ਅਜੇ ਇੰਨੀ ਪਈ ਨਹੀਂ, ਉਸ ਤੋਂ ਬਾਅਦ ਇਹ ਹਾਲ ਹੈ। ਹਾਂਜੀ ਬਹੁਤ ਬੁਰਾ ਹਾਲ ਹੈ ਜੀ। ਕਈ ਨਾ ਕਈ ਕਮੀ ਹੈ, ਲੋਕਾਂ ਦੇ ਐਕਸੀਡੈਂਟ ਵੀ, ਟੋਟਾ ਵੀ ਲੱਗ ਜਾਊਗੀ। ਮੈਂ ਤਾਂ ਕਹਿੰਦਾ ਜੀ ਇੱਕ ਅੱਧਾ ਜਦੋਂ ਮਰੂਗਾ ਨਾ ਇੱਥੇ, ਫਿਰ ਉਦੋਂ ਦੇਖੂਗੀ ਇੱਥੇ ਦੀ ਸਰਕਾਰ, ਮਤਲਬ ਇੱਥੇ ਕੀ ਹਾਲ ਹੈ। ਜਿਵੇਂ ਕਿ ਪਿੱਛੇ ਜੀ ਆ ਆਪਣਾ ਪੁਲ ਦੇ ਥੱਲੇ ਜਦੋਂ ਨਿਕਲਦੇ ਸੀ ਬੰਦੇ, ਉੱਥੇ ਇੱਕ ਬੰਦਾ ਮਰਿਆ, ਤਾਂ ਕਰਕੇ ਉਹਨਾਂ ਨੇ ਥੋੜ੍ਹਾ, ਉਹ ਵੀ ਹਲੇ ਕੱਚਾ ਜਿਹਾ ਬਣਾਤਾ, ਵਧੀਆ ਥੋੜ੍ਹਾ ਜਿਹਾ ਕੀਤਾ ਵਾ। ਇੱਥੇ ਵੀ ਉਹੀ ਹਾਲਾਤ ਹੈ। ਇੱਕ ਉਹ ਸਬਜ਼ੀ ਮੰਡੀ ਦੇ ਕੋਲ ਜਿਹੜੀ ਚੜਾਈ ਬਣਾਈ ਆ, ਉੱਥੇ ਮੈਂ ਜਦੋਂ ਵੀ ਨਿਕਲਦਾ ਕਦੀ ਟੈਂਪੂ ਪਲਟਿਆ ਹੁੰਦਾ, ਕਦੀ ਰਿਕਸ਼ੇ ਵਾਲਾ ਪਲਟਿਆ ਹੁੰਦਾ, ਕਦੀ ਕੋਈ ਪਲਟਿਆ ਹੁੰਦਾ ਵਾ। ਬਹੁਤ ਗੰਦੇ ਹਾਲਾਤ ਨੇ ਜੀ ਇੱਥੇ ਜੀ।